ਸ੍ਰੀ ਅਕਾਲ ਜੀ, ਹਰਜਿੰਦਰ ਵਾਲੀਆ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ। ਪਿਆਰੇ ਦਰਸ਼ਕੋ, ਪਿਛਲੇ 28 ਸਾਲਾਂ ਤੋਂ ਬਾਦਲ ਪਰਿਵਾਰ ਕੋਲ ਹੈ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ। 1996 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਅਤੇ 2008 ਦੇ ਵਿੱਚ ਉਹਨਾਂ ਨੇ ਬਣਾਇਆ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ, ਅਤੇ 2008 ਤੋਂ ਲੈ ਕੇ ਹੁਣ ਤੱਕ 16 ਸਾਲ ਹੋ ਗਏ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ। ਅਤੇ ਇਹ ਜਿਹੜਾ ਅਰਸਾ ਹੈ, ਇਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸੱਚਮੁੱਚ ਹੀ ਕਾਫੀ ਉਤਰਾਅ ਚੜ੍ਹਾਅ ਦੇਖਦਾ ਹੋਇਆ ਅਰਸ਼ ਤੋਂ ਫਰਸ਼ ਵੱਲ ਪਹੁੰਚ ਗਿਆ। ਹੁਣ ਤੁਸੀਂ ਦੇਖੋ, 2017 ਦੀ ਇਲੈਕਸ਼ਨ ਦੇ ਵਿੱਚ ਸਿਰਫ 15 ਸੀਟਾਂ ਅਸੈਂਬਲੀ 'ਚ ਮਿਲੀਆਂ ਸੀ, 15 MLA ਸੀ, ਜਿਹੜੇ 22 'ਚ 3 ਰਹਿ ਗਏ। ਕਮਾਲ ਤਾਂ ਇਹ ਹੈ ਨਾ, 2022 ਦੀ ਇਲੈਕਸ਼ਨ ਦੇ ਵਿੱਚ 3 ਰਹਿ ਗਏ, ਅਤੇ 19 ਦੇ ਵਿੱਚ ਜਦੋਂ ਲੋਕ ਸਭਾ ਦੀ ਚੋਣ ਹੋਈ ਉਦੋਂ ਮਾਲਕ ਦੀ ਵੀ ਦੋਨੇ ਸੀ, ਅਤੇ ਹੁਣ 1 ਰਹਿ ਗਈ ਲੋਕ ਸਭਾ ਦੀ ਸੀਟ, ਵੋਟ ਸ਼ੇਅਰ ਵੀ ਘੱਟ ਗਿਆ। ਇਹ ਸਾਰੀ ਗੱਲ ਨੂੰ ਲੈ ਕੇ ਜਦੋਂ ਆਵਾਜ਼ ਉਠਾਈ ਗਈ ਕੁਛ ਲੋਕਾਂ ਵੱਲੋਂ, ਕੁਛ ਲੀਡਰਾਂ ਵੱਲੋਂ, ਜਿਨ੍ਹਾਂ ਨੂੰ ਬਾਗੀ ਲੀਡਰ, ਨਾਰਾਜ਼ ਧੜਾ, ਜੋ ਮਰਜ਼ੀ ਨਾਂ ਦੇ ਲਓ, ਤਾਂ ਫਿਰ ਅਕਾਲੀ ਦਲ ਦੇ ਵਿੱਚ ਇੱਕ ਵਾਰ ਫਿਰ ਘਮਸਾਨ ਮੱਚ ਗਿਆ। ਇਹ ਤਾਂ ਗੱਲ ਕਰਨੀ ਆ ਅੱਜ ਆਪਾਂ, ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਲ ਜਿਹੜੀ ਅਕਸਰ ਮੈਂ ਕਰਦਾ ਕਿ ਪਿਆਰੇ ਦਰਸ਼ਕੋ, ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਓ। ਦੇਖੋ, ਮੈਂ ਕੋਈ ਇਹਦੇ 'ਚ ਡਿਟੇਲ 'ਚ ਨਹੀਂ ਜਾਣਾ, ਪਰ ਮੈਂ ਆਮ ਲੋਕਾਂ ਦੀ ਗੱਲ, ਲੋਕਾਂ ਨਾਲ ਜਿਹੜਾ ਪੱਤਰਕਾਰ ਹੁੰਦਾ ਨਾ, ਅਸਲ ਦੇ ਵਿੱਚ ਇੱਕ ਮਾਧਿਅਮ ਹੁੰਦਾ, ਜਿਹੜੀ ਪੱਤਰਕਾਰੀ ਕੀ ਕਰਦੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਮਿਰਰ ਆਫ ਦਾ ਸੋਸਾਇਟੀ। ਅਤੇ ਪਤਾ ਕਿੱਥੋਂ ਲੱਗਦਾ? ਪਤਾ ਲੋਕਾਂ ਤੋਂ, ਲੋਕਾਂ ਦੇ ਰਾਹੀਂ ਜੋ ਲੋਕ ਕਹਿੰਦੇ ਨੇ ਉਹਨੂੰ ਲੋਕਾਂ ਤੱਕ ਹੀ ਪਹੁੰਚਾਉਣਾ ਹੁੰਦਾ ਵੱਡੀ ਗਿਣਤੀ 'ਚ। ਹੁਣ ਆਮ ਅਕਾਲੀ ਵਰਕਰ ਕੀ ਕਹਿੰਦਾ, ਕੀ ਕਾਰਨ ਹੈ? ਬਾਕੀ ਬੜੇ ਕਾਰਨ ਹੋਣਗੇ, ਲੇਕਿਨ ਆਮ ਵਰਕਰ 15 ਤੋਂ ਅਸਲ ਨਾਰਾਜ਼ ਜ਼ਿਆਦਾ ਹੋਇਆ, ਜਦੋਂ ਤੋਂ ਬੇਅਦਬੀ ਹੋਈ ਹੈ। ਬੇਅਦਬੀ ਸਭ ਤੋਂ ਵੱਡਾ ਕਾਰਨ, ਬੇਅਦਬੀ ਤੋਂ ਬਾਅਦ ਜਿਹੜਾ ਬਹਿਬਲ ਕਲਾਂ ਕੋਟਕਪੁਰਾ ਗੋਲੀਕਾਂਡ, ਬੇਅਦਬੀ ਦਾ ਇਨਸਾਫ ਨਾ ਮਿਲਣਾ, ਇਹ ਕਾਰਨ ਨੇ ਵੱਡੇ। ਫਿਰ ਇੱਕ ਕਾਰਨ ਗੁਰਮੀਤ ਰਾਮ ਰਹੀਮ, ਸੱਚਾ ਸੌਦਾ ਦਾ ਮੁਖੀ, ਜਿਹਨੂੰ ਸੱਚਾ ਜਾਂ ਸੌਦਾ ਸਾਧ ਜੋ ਮਰਜ਼ੀ ਨਾਂ ਦੇ ਲਓ ਤੁਸੀਂ, ਗੁਰਮੀਤ ਰਾਮ ਰਹੀਮ ਨੂੰ ਬਿਨਾਂ ਮੰਗੇ ਟੈਂਪਰ ਕਰਕੇ, ਕਾਗਜ਼ ਨੂੰ ਛੇੜਛਾੜ ਕਰਕੇ ਮਾਫ਼ੀ ਜਿਹੜੀ ਹੈ ਬਣਾਈ ਗਈ, ਉਹਦੀ ਕਿਹਾ ਗਿਆ ਜੀ ਉਹਨੇ ਮਾਫ਼ੀ ਦੇ ਦਿੱਤੀ, ਮਾਫ਼ੀ ਨੂੰ ਜਸਟੀਫਾਈ ਕੀਤਾ ਗਿਆ। ਕਹਿੰਦੇ ਨੇ ਕਿ 90 ਲੱਖ ਰੁਪਏ ਦਾ ਇਸ਼ਤਿਹਾਰ ਜਿਹਦਾ ਬਿਲ ਗਿਆ ਸ਼੍ਰੋਮਣੀ ਕਮੇਟੀ ਲੋਕਾਂ ਦੇ ਦਸਵੰਧ ਦੇ ਪੈਸੇ ਦੇ ਵਿੱਚੋਂ, ਇਹ ਹੋਰ ਵੱਡਾ ਕਾਰਨ ਜਿਹੜੀ ਗੁਰਮੀਤ ਰਾਮ ਰਹੀਮ ਦਾ ਮਾਫ਼ੀ। ਔਰ ਜਿਵੇਂ ਦਵਾਈ ਗਈ, ਜਿਸ ਤਰ੍ਹਾਂ ਜਥੇਦਾਰ ਸਾਹਿਬਾਨ ਨੂੰ
ਘਰ ਬੁਲਾਇਆ, ਕੋਠੀ ਬੁਲਾ ਕੇ ਕਿਹਾ ਗਿਆ, ਇਹ ਵੀ ਇੱਕ ਬਹੁਤ ਵੱਡੀ ਗੁਸਤਾਖੀ ਸੀ ਔਰ ਉਸ ਦਾ ਖਮਿਆਜ਼ਾ ਵੀ ਭੁਗਤਣਾ ਪਿਆ ਜਾਂ ਪੈ ਰਿਹਾ। ਦੋ ਕਾਰਨ ਹੋ ਗਏ, ਬੇਅਦਬੀ ਦਾ ਕਾਰਨ ਔਰ ਬੇਅਦਬੀ ਕਰਨ ਵਾਲੇ ਨੂੰ ਮਾਫ਼ੀ ਦਾ ਗੁਰਮੀਤ ਰਾਮ ਨਹੀਂ, ਦੋਨੇ ਹੋ ਗਏ। ਅਤੇ ਫਿਰ ਇਹਨਾਂ ਤੋਂ ਕਾਰਨਾਂ ਤੋਂ ਇਲਾਵਾ ਜਦੋਂ ਸਰਕਾਰਾਂ ਆਈਆਂ ਅਕਾਲੀ ਦਲ ਦੀਆਂ, ਜਿਹੜੇ ਉਹ ਕਾਰਨਾਮੇ ਕੀਤੇ ਉਹ ਵੀ ਲੋਕਾਂ ਦੇ ਮਨਾਂ 'ਚ ਨੇ, ਖਾਸ ਤੌਰ 'ਤੇ ਦੋ ਬੰਦਿਆਂ ਨੂੰ ਲੈ ਕੇ, ਕਿ ਗੱਲਾਂ ਕੀ ਕਰਦੇ ਸੀ, ਕੀਤਾ ਇਹਨਾਂ ਨੇ ਕੀ। ਯਾਨੀ ਸੁਮੇਧ ਸੈਣੀ ਨੂੰ DGP ਬਣਾ ਤਾ, ਜਿਹਦੇ ਬਾਰੇ ਲੋਕਾਂ ਦੇ ਮਨਾਂ 'ਚ, ਖਾਸ ਤੌਰ 'ਤੇ ਸਿੱਖਾਂ ਦੇ ਮਨਾਂ 'ਚ ਵੱਡੀ ਨਫ਼ਰਤ ਇਸ ਕਰਕੇ ਸੀ ਕਿ ਉਹਨੇ ਬਹੁਤ ਸਾਰੇ ਨੌਜਵਾਨਾਂ ਨੂੰ ਜਿਸ ਤਰੀਕੇ ਨਾਲ ਟੋਰਚਰ ਕੀਤਾ ਸੀ, ਮਾਰਿਆ ਸੀ, ਨੌਜਵਾਨ ਉਸ ਤੋਂ ਖਫਾ ਸੀ। ਲੇਕਿਨ ਇਹਨਾਂ ਨੇ ਬਣਾਇਆ, BJP ਨੇ ਉੱਤੋਂ ਕਹਿ ਕੇ ਬਣਵਾਇਆ, ਜਿਵੇਂ ਵੀ ਬਣਾਇਆ ਉਹ ਬਣਿਆ। ਇਜ਼ਹਾਰ ਆਲਮ ਦੂਜਾ ਪੁਲਿਸ ਅਫਸਰ ਸੀ ਜਿਹੜਾ ਆਲਮ ਸੈਨਾ ਬਣਾਈ ਬੈਠਾ ਸੀ, ਉਹਨੂੰ ਅਕਾਲੀ ਦਲ 'ਚ ਲੈ ਕੇ ਆਉਣਾ, ਉਹਦੀ ਬੀਵੀ ਨੂੰ ਟਿਕਟ ਦੇਣਾ, ਇਸ ਤਰ੍ਹਾਂ ਦੀਆਂ ਛੋਟੀਆਂ ਛੋਟੀਆਂ ਨੇ, ਛੋਟੀਆਂ ਕਹਿ ਲਓ ਵੱਡੀਆਂ ਕਹਿ ਲਓ, ਇਸ ਤਰ੍ਹਾਂ ਦੀਆਂ ਗੱਲਾਂ ਵੀ ਕੀਤੀਆਂ। ਔਰ ਇਹ ਜਿਹੜਾ ਹੈ ਅਕਾਲੀ ਰਾਜ ਦੇ ਵਿੱਚ ਇਨਸਾਫ ਨਾ ਮਿਲਣਾ ਸਿੱਖਾਂ ਨੂੰ, ਕਦੇ ਨਕੋਦਰ ਕਾਂਡ ਦਾ ਹੋ ਜਾਣਾ, ਜਦੋਂ ਪਹਿਲਾਂ ਵੀ ਆਪਾਂ ਦੇਖਿਆ ਕਿ ਕੋਈ ਤਾਂ ਇਨਸਾਫ ਵਾਲੀ ਗੱਲ ਕਰਦੇ ਨਾ ਬਾਦਲ ਸਾਹਿਬ, ਕੋਈ ਤਾਂ ਸਿਧਾਂਤ ਵਾਲੀ ਗੱਲ ਕਰਦੇ, ਜਿਹਦੀ ਪਾਰਟੀ ਹੌਲੀ ਹੌਲੀ ਸਿਧਾਂਤਾਂ ਤੋਂ ਲਾਂਭੇ ਹੁੰਦੀ ਗਈ, ਇਹ ਵੀ ਗੱਲ ਸਾਹਮਣੇ ਆਈ। ਔਰ ਜਦੋਂ ਇਸ ਹਾਲਾਤ ਤੱਕ ਪਹੁੰਚ ਗਈ ਕਹਾਣੀ, ਫਿਰ ਲੋਕਾਂ ਦੇ ਮਨਾਂ 'ਚ ਪਰਿਵਾਰਵਾਦ ਆ ਗਿਆ ਕਿ ਪਰਿਵਾਰ ਨੂੰ ਹੀ ਸਾਰਾ ਕੁਛ ਦੇਈ ਜਾ ਰਿਹਾ ਤੁਹਾਨੂੰ ਦਾ ਵੀ। ਵੈਸੇ ਗੱਲ ਤਾਂ ਬਿਲਕੁਲ ਸਹੀ ਸੀ, ਤੁਸੀਂ ਸਰਕਾਰ ਪ੍ਰਕਾਸ਼ ਬਾਦਲ ਦਾ ਮੰਤਰੀ ਮੰਡਲ ਦੇਖੋ, ਆਪ ਮੁੱਖ ਮੰਤਰੀ, ਮੁੰਡਾ ਉਪ ਮੁੱਖ ਮੰਤਰੀ, ਮੁੰਡੇ ਦਾ ਸਾਲਾ ਮੰਤਰੀ ਕੈਬਨਿਟ ਮਿਨਿਸਟਰ, ਆਪਦਾ ਭਣੋਈਆ ਅਦੇਸ਼ ਪ੍ਰਤਾਪ ਸਿੰਘ ਮੰਤਰੀ, ਭਤੀਜਾ ਮਨਪ੍ਰੀਤ ਸਿੰਘ ਬਾਦਲ ਮੰਤਰੀ, ਕੋਈ ਤਾਂ ਛੱਡਦੇ ਇੰਨੇ। ਫਿਰ ਇੱਥੇ ਵੀ ਨਹੀਂ, ਜਦੋਂ ਸੀਨੀਅਰ ਲੀਡਰ ਬੈਠੇ ਹੁਣ ਸੈਂਟਰ ਦੇ ਵਿੱਚ, ਉਹਨਾਂ ਨੂੰ ਛੱਡ ਕੇ ਸੰਦੀਪ ਸਿੰਘ ਢੀਂਡਸਾ, ਬ੍ਰਹਮਪੁਰਾ, ਅਜਨਾਲਾ, ਸਭ ਨੂੰ ਛੱਡ ਕੇ ਬੀਬਾ ਹਰਸਿਮਰਤ ਕੌਰ ਨੂੰ, ਛੋਟੀ ਉਮਰ ਦੀ ਕੁੜੀ ਨੂੰ ਮੰਤਰੀ, ਇਹ ਲੋਕਾਂ ਬੋਲਦੇ ਭਾਵੇਂ ਨਹੀਂ ਸੀ ਕਿਉਂਕਿ ਕਾਣੇ ਕਰ ਲਏ ਸੀ ਪ੍ਰਕਾਸ਼ ਸਿੰਘ ਬਾਦਲ ਨੇ, ਸਭ ਦੇ ਨਿਆਣਿਆਂ ਨੂੰ ਬਣਾ ਤਾ, ਕਿਸੇ ਨੂੰ ਅੱਗੇ ਕਰਤਾ, ਕਿਸੇ ਨੂੰ MLA ਬਣਾ ਤਾ, ਕਿਸੇ ਨੂੰ ਚੇਅਰਮੈਨ ਦਾ ਲਾਰਾ ਲਾ ਤਾ, ਜੋ ਵੀ ਹੋਇਆ, ਲੇਕਿਨ ਆਪਦਾ ਪਰਿਵਾਰ ਅੱਗੇ ਲੈ ਕੇ ਪਰਿਵਾਰਵਾਦ ਬਹੁਤ ਜ਼ੋਰਾਂ 'ਤੇ ਆਇਆ, ਇਹ ਵੀ ਇੱਕ ਵੱਡਾ ਕਾਰਨ ਸੀ। ਉਸ ਤੋਂ ਬਾਅਦ ਜੇ ਇੱਥੇ ਪਰਿਵਾਰਵਾਦ ਵਾਲੀ ਕੋਈ ਛੋਟੀ ਗੱਲ ਨਹੀਂ, ਲੋਕਾਂ ਦੇ ਮਨਾਂ 'ਚ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਮਨ ਦੇ ਵਿੱਚ ਪੁਰਾਣੀ ਜਿਹੜੀ ਹੈ ਨਾ ਕਸ਼ ਪਈ ਹੈ ਕਿ ਮੈਂ ਮੰਤਰੀ ਬਣ ਜਾਣਾ ਸੀ ਭਾਜਪਾਈ ਸਰਕਾਰ 'ਚ, ਜੇ ਕਿਤੇ ਇੱਧਰੋਂ ਜਿਹੜੀ ਗੱਲਬਾਤ ਹੁੰਦੀ, ਹਾਂ ਹੁੰਦੀ। ਫਿਰ ਆ ਜਾਓ ਗੱਲ, ਕਿਸਾਨ ਮੋਰਚਾ ਆ ਗਿਆ, ਮੋਰਚੇ ਤੋਂ ਪਹਿਲਾਂ ਬਿੱਲ ਆ ਗਏ, ਬਿੱਲਾਂ 'ਤੇ ਆਰਡੀਨੈਂਸ ਆ ਗਿਆ, ਆਰਡੀਨੈਂਸ ਜਦੋਂ ਪਾਸ ਹੁੰਦਾ ਹਰਸਿਮਰਤ ਕੌਰ ਵਿੱਚ ਬੈਠੀ ਹੈ, ਫਿਰ ਉਹ ਬਿੱਲਾਂ ਦੀ ਜਸਟੀਫਿਕੇਸ਼ਨ ਨਾ ਸਿਰਫ ਆਪ ਕੀਤੀ ਬਲਕਿ ਵੱਡੇ ਬਾਦਲ ਸਾਹਿਬ ਤੋਂ ਵੀ ਕਰਵਾਈ। ਤੋ ਇਹ ਸਾਰੀਆਂ ਗੱਲਾਂ ਜਿਹੜੀਆਂ ਸੀ
ਬਹੁਤ ਗੱਲਾਂ ਨੇ, ਸਿਧਾਂਤਕ ਤੌਰ 'ਤੇ ਪਾਰਟੀ ਕਿਤੇ ਨਹੀਂ ਖੜ੍ਹੀ, ਬਹੁਤ ਸਾਰੀਆਂ ਗੱਲਾਂ ਨੇ, ਤਾਂ ਮੈਂ ਮੋਟੇ ਜਿਹੀਆਂ ਗੱਲਾਂ ਜਿਹੜੀਆਂ ਆਮ ਲੋਕਾਂ ਨੇ, ਜਿਹੜੀ ਜਿਹਨੂੰ ਕਹਿੰਦੇ ਨੇ ਤੁਰਦਾ ਫਿਰਦਾ ਸਰਵੇ ਹੈ। ਮੈਂ ਕੋਈ ਉਸ ਤਰ੍ਹਾਂ ਸਾਇੰਟੀਫਿਕ ਵੇ ਨਾਲ, ਮੈਂ ਪਹਿਲਾਂ ਦੱਸਦਾ ਤੁਹਾਨੂੰ, ਕੋਈ ਸੈਂਪਲ ਸਰਵੇ ਜਾਂ ਸੈਂਪਲਿੰਗ ਕਰਕੇ ਲੋਕਾਂ ਨੂੰ ਕੋਈ ਕੁਐਸਚਨੇਅਰ ਬਣਾ ਕੇ ਨਹੀਂ, ਆਮ ਲੋਕਾਂ ਨੂੰ, ਹਾਂ ਵੀ ਕੀ ਲੱਗਦਾ ਕਿਉਂ ਅਕਾਲੀ ਦਾ ਡਾਊਨਫਾਲ ਹੋ ਰਿਹਾ, ਉਹਨਾਂ 'ਚੋਂ ਇਹ ਗੱਲਾਂ ਕੱਢੀਆਂ ਨੇ। ਇਸ ਤਰ੍ਹਾਂ ਦੇ ਸਵਾਲਾਂ 'ਚੋਂ ਲੋਕ ਇਹਨੂੰ, ਹੁਣ ਇਹ ਵੀ ਨਹੀਂ ਲੋਕ ਜਿਹੜਾ ਬਾਗੀ ਧੜਾ ਉਹਨੂੰ ਜ਼ਿਆਦਾ ਠੀਕ ਸਮਝ, ਉਹ ਕਹਿੰਦੇ ਸਭ ਇੱਕੋ ਜਿਹੇ ਨੇ, ਜਦੋਂ ਇਹਦਾ ਪਾਵਰ ਸੀ ਉਦੋਂ ਨਹੀਂ ਬੋਲੇ, ਉਦੋਂ ਮਲਾਈ ਖਾਂਦੇ ਰਹੇ ਅਤੇ ਹੁਣ ਰੌਲਾ ਪਾ ਰਹੇ ਨੇ, ਪਹਿਲਾਂ ਕਿੱਥੇ ਗਏ? ਅਤੇ ਇਹਦਾ ਕੋਰ ਕਮੇਟੀ 'ਚ ਕਿਉਂ ਨਹੀਂ ਬੋਲਿਆ? ਪ੍ਰੇਮ ਸਿੰਘ ਚੰਦੂਮਾਜਰਾ ਬਾਰੇ ਇੱਕ ਬੰਦਾ ਕਹਿੰਦਾ, ਕਹਿੰਦਾ ਹੁਣ ਬਾਹਰ ਆ ਕੇ ਸਿਰਫ ਮਤਾ, ਜਦੋਂ ਇੱਕ ਪ੍ਰੈਸ ਨੋਟ ਆਇਆ ਉਦੋਂ ਰੌਲਾ ਪਾਉਣਾ ਸ਼ੁਰੂ ਕੀਤਾ ਕਿ ਜੀ ਅਸੀਂ ਭਰੋਸਕੀ ਦਾ ਮਤਾ ਨਹੀਂ ਪਾਸ ਕੀਤਾ, ਵਿੱਚ ਬੈਠੇ ਤਾਂ ਉੱਥੇ ਅਸਤੀਫਾ ਨਹੀਂ ਮੰਗਿਆ, ਉਦੋਂ ਹੱਥ ਖੜ੍ਹੇ ਕਰਤੇ। ਇਸ ਕਿਸਮ ਦੀਆਂ ਗੱਲਾਂ ਵੀ ਆਈਆਂ ਨੇ, ਜਿਹੜੇ ਨਾਰਾਜ਼ ਨੇ ਉਹਨਾਂ ਦੇ ਮਾਮਲੇ 'ਚ ਵੀ ਉਦੋਂ ਇਹ ਨਹੀਂ ਕਹਿੰਦੇ ਕਿ ਭਾਰਤੀ ਜਨਤਾ ਪਾਰਟੀ ਵੱਲ, ਇਹ ਕਿਹੜਾ ਘੱਟ ਨੇ, ਕਹਿੰਦੇ ਇਹਨਾਂ ਨੇ ਇਹ ਹੁਣ ਤੱਕ ਭਾਰਤੀ ਜਨਤਾ ਪਾਰਟੀ ਵੱਲ ਹੀ ਦੇਖਦੇ ਰਹੇ, ਲਿਆ ਕੀ ਭਾਰਤੀ ਜਨਤਾ ਪਾਰਟੀ ਨੇ, ਪੰਜਾਬ ਦਾ ਕੀ ਸਵਾਰਿਆ ਉਹਨਾਂ ਨਾਲ, ਇਹਨਾਂ ਨੇ ਸਿਰਫ ਪਰਿਵਾਰ ਨੂੰ ਇਹਨਾਂ ਨੇ ਜਿਹੜਾ ਹੈ ਸਵਾਰਿਆ, ਇਸ ਤਰ੍ਹਾਂ ਦੀ ਗੱਲ। ਅਤੇ ਉਹਨਾਂ ਬਾਰੇ ਇਕੱਲੇ ਇਕੱਲੇ ਜਿਹੜਾ ਹੈ ਮਲੂਕਾ ਜੀ, ਉਹਦੀ ਨੂੰਹ ਚਲੇ ਗਏ ਜੀ, ਆਪਣਾ ਬੀਬੀ ਜਗੀਰ ਕੌਰ ਵੀ ਵੱਡੇ ਸੰਬੰਧ ਨੇ, ਸਤਵੀਰ ਸਿੰਘ ਸੁਰਜੀਤ ਸਿੰਘ ਰੱਖੜਾ ਦਾ ਭਰਾ ਨੇੜੇ ਆ ਮੋਦੀ ਸਾਹਿਬ ਦੇ, ਇਸ ਤਰ੍ਹਾਂ ਦੀਆਂ ਗੱਲਾਂ, ਸੁਖਦੇਵ ਸਿੰਘ ਢੀਂਡਸਾ, ਸਾਰੀਆਂ ਗੱਲਾਂ ਦੋਨੇ ਪਾਸੇ ਲੋਕ ਇਹ ਕਹਿੰਦੇ ਨੇ। ਲੋਕ ਫਿਰ ਸਲਿਊਸ਼ਨ ਦਾ, ਮੈਂ ਕਿਹਾ ਵੀ ਤੁਹਾਡੇ ਕੋਲ ਹੱਲ ਵੀ ਹੈ ਇਹਦਾ? ਹੱਲ ਬਾਰੇ ਮੈਂ ਇੱਕ ਸੀਨੀਅਰ ਬੰਦੇ ਦੀ ਗੱਲ ਦੱਸ ਦਿੰਦਾ, ਵੈਸੇ ਆਲਰੇਡੀ ਇਹਨਾਂ ਨੇ ਜਿਹੜਾ ਬਾਗੀ ਧੜਾ ਹੈ ਉਹਨਾਂ ਨੇ ਜ਼ਿਕਰ ਵੀ ਕੀਤਾ, ਸੀਨੀਅਰ ਬੰਦੇ ਨੇ ਜਿਹੜੀ ਗੱਲ ਕੀਤੀ ਉਹ ਕਹਿੰਦਾ ਐਂ ਕਰੋ, ਪਹਿਲਾਂ ਵਾਂਗ ਜਿਵੇਂ ਜਦੋਂ ਵੀ ਸੰਕਟ 'ਚ ਆਉਂਦਾ ਸੀ ਨਾ ਅਕਾਲੀ ਦਲ, ਉਦੋਂ ਸੰਤ ਫਤਿਹ ਸਿੰਘ ਨੂੰ ਲਿਆਉਂਦਾ, ਉਦੋਂ ਕੋਈ ਸੰਤ ਨੂੰ ਲੈ ਆਉਂਦੇ ਸੀ, ਸੰਤ ਹਰਚੰਦ ਸਿੰਘ ਲੌਂਗੋਵਾਲ ਆ ਗਏ, ਬਿਲਕੁਲ ਇਸੇ ਤਰ੍ਹਾਂ ਵਾ ਕਿਸੇ ਧਾਰਮਿਕ ਸ਼ਖਸੀਅਤ ਨੂੰ ਅੱਗੇ ਲੈ ਆਉਣ, ਉਹਦੇ ਅਦਰਵਾਈਜ਼ ਤਾਂ ਬਾਗੀ ਧੜਾ ਵੀ ਆ ਗਿਆ, ਮੰਨ ਲਓ ਇਹ ਰਿਜ਼ਾਈਨ ਕਰ ਜਾਂਦਾ ਸੁਖਬੀਰ ਸਿੰਘ ਬਾਦਲ, ਫਿਰ ਕੀ ਹੋਊਗਾ? ਫਿਰ ਲੜਨਗੇ? ਕੋਈ ਐਸਾ ਬੰਦਾ ਲਿਆਓ, ਵੈਸੇ ਤਾਂ ਬੰਦੇ ਬਹੁਤ ਘੱਟ ਨੇ ਉੱਚੇ ਕੱਦ ਵਾਲੇ ਜਿਹਦੇ ਆਲੇ ਦੁਆਲੇ ਸਾਰੇ ਇਕੱਠੇ ਹੋ ਜਾਣ, ਫਿਰ ਵੀ ਕੋਈ ਐਸੀ ਸਖੇਸਤ ਲੱਭਣੀ ਚਾਹੀਦੀ ਹੈ ਧਾਰਮਿਕ ਜਿਹੜੀ ਇਹਦੀ ਅਗਵਾਈ ਕਰੇ। ਅਤੇ ਇਹ ਗੱਲ ਜਲੰਧਰ ਦੀ ਮੀਟਿੰਗ 'ਚ ਹੋਈ, ਗਿਆਨੀ ਹਰਪ੍ਰੀਤ ਸਿੰਘ ਬਾਰੇ, ਇੱਕ ਦੋ ਸੰਤਾਂ ਬਾਰੇ ਵੀ ਚਰਚਾ ਹੋਈ ਕਿ ਐਂ ਕਰੀਏ ਕਿ ਉਹਨਾਂ ਨੂੰ ਅੱਗੇ ਲਾ ਦਈਏ, ਅਤੇ ਉਹਨਾਂ 'ਚ ਇੱਕ ਸ਼ਰਤ ਇਹ ਵੀ ਰੱਖ ਲਈ ਕਿ ਜਿਨ੍ਹਾਂ ਨੂੰ ਹੁਣ ਜਿਹੜਾ ਵੀ ਪ੍ਰਧਾਨ ਬਣੂਗਾ ਉਹ ਮੁੱਖ ਮੰਤਰੀ ਨਹੀਂ ਬਣੂ, ਜਾਨੀ ਉਹ ਸਿਰਫ ਪਾਰਟੀ ਦਾ ਪ੍ਰਧਾਨ ਹੋਊ, ਪਾਵਰ ਦੂਜਾ ਬੰਦਾ। ਇਹ ਗੱਲ ਪਹਿਲਾਂ ਵੀ ਟੌੜਾ ਸਾਹਿਬ ਨਾਲ ਵੀ ਤਾਂ ਹੀ ਉਦੋਂ ਪੰਥਕ ਅਕਾਲੀ ਦਲ ਬਣਿਆ ਸੀ, ਉਹਨਾਂ ਨੇ ਵੀ ਤਾਂ ਇਹੀ ਗੱਲ ਕਹੀ ਸੀ। ਸੋ ਸ਼੍ਰੋਮਣੀ ਅਕਾਲੀ ਦਲ ਫਿਰ ਇੱਕ ਵੱਡੇ ਸੰਕਟ 'ਚੋਂ ਹੈ, ਉਹਨੂੰ ਬਾਹਰ ਕੱਢਣ ਦਾ ਹੱਲ ਜੋ ਦੱਸਿਆ, ਇੱਕ ਤਾਂ ਚਰਨਜੀਤ ਬਰਾੜ ਨੇ ਦੱਸਿਆ ਵੀ ਪੰਜ ਪ੍ਰਧਾਨੀਆਂ ਦਾ ਹੱਲ ਹੈ, ਦੂਜਾ ਇਹ ਦੱਸਿਆ, ਤੀਜੀ ਗੱਲ ਆਉਂਦੀ ਹੈ ਕਿ ਜਦੋਂ 1 ਜੁਲਾਈ ਨੂੰ ਇਹ ਜਾਂਦੇ ਨੇ ਉੱਥੇ ਕਿੰਨੇ ਖੁੱਲ੍ਹਦਿਲੀ ਨਾਲ ਮਾਫ਼ੀ ਮੰਗਦੇ ਨੇ ਲਿਖ ਕੇ, ਅਤੇ ਕਿਹੜੀਆਂ ਕਿਹੜੀਆਂ ਗਲਤੀਆਂ ਦੀ ਗੱਲ ਕਰਦੇ ਨੇ, ਉਹ 'ਤੇ ਵੀ ਬਹੁਤ ਮਨਸਰ ਕਰਦਾ, ਅਤੇ ਲੋਕ ਮਾਫ਼ ਕਰਦੇ ਨੇ ਕਿ ਨਹੀਂ ਕਰਦੇ, ਇਹ ਵੀ ਇੱਕ ਬਹੁਤ ਵੱਡਾ ਹੋਏਗਾ। ਸੋ ਅਕਾਲੀ ਦਲ ਬਚਾਓ ਜਿਹੜੀ ਮੁਹਿੰਮ ਚੱਲ ਰਹੀ ਹੈ,
ਇਹਦੇ ਵਿੱਚ ਕਈ ਕਿਸਮ ਦੇ ਖਤਰੇ ਪਏ ਨੇ। ਇੱਕ ਖਤਰਾ ਇਹ ਵੀ ਹੈ ਕਿ ਇੱਕ ਅਕਾਲੀ ਲੀਡਰ ਕਹਿੰਦਾ ਅਸੀਂ ਕਿਹੜਾ ਬਾਹਰ ਅਸੀਂ ਤਾਂ ਵਿੱਚ, ਉਹਨਾਂ ਨੇ ਕਿਹੜਾ ਸਾਨੂੰ ਕੱਢਿਆ, ਅਸੀਂ ਜਾਵਾਂਗੇ ਦਫ਼ਤਰ 'ਚ ਮੀਟਿੰਗ ਕਰਾਂਗੇ। ਜੇ ਹੁਣ ਦਫ਼ਤਰ 'ਚ 28 ਸੈਕਟਰ ਵਾਲੇ 'ਚ ਇੱਥੇ ਟਕਰਾਅ ਨਾ ਹੋ ਜੇ, ਇਹ ਵੀ ਖਤਰਾ ਹੈ, ਕੁਛ ਵੀ ਹੋ ਸਕਦਾ ਹੁੰਦਾ। ਅਤੇ ਸੋ ਅਕਾਲੀ ਸੱਚਮੁੱਚ ਹੀ ਜਿਹੜਾ ਇਹ ਵੱਡਾ ਸੰਕਟ ਹੈ, ਇਸ ਤੋਂ ਕਿਵੇਂ ਨਿਕਲਦਾ, ਇਹਦੇ ਲਈ ਅੱਜ ਦੋ ਤਿੰਨ ਗੱਲਾਂ ਕੀਤੀਆਂ ਨੇ। ਸੁਖਬੀਰ ਸਿੰਘ ਬਾਦਲ ਕੱਢ ਸਕਦਾ ਝੂੰਦਾ ਕਮੇਟੀ ਦੇ ਹਵਾਲੇ ਨਾਲ, ਚਲੋ ਜੀ ਤੁਸੀਂ ਕਹਿੰਦੇ ਹੋ, ਮੈਂ ਦਿੰਦਾ ਤਿਆਗ ਪੱਤਰ, ਕਰਦਾ ਤਿਆਗ, ਇੰਨੀ ਹਿੰਮਤ ਦਿਖਾਈ ਨਹੀਂ ਹੁਣ ਤੱਕ। ਜੇ ਦਿਖਾਉਣਾ ਹੁੰਦਾ ਡਰਾਮਾ ਕੀਤਾ ਜਿਵੇਂ ਪੇਸ਼ਕਸ਼ ਕਰਦਾ, ਅਤੇ ਜੇ ਕਰਨਾ ਹੁੰਦਾ ਜਿਵੇਂ ਇਹਨੇ ਕੀਤਾ ਸੀ ਰਾਹੁਲ ਗਾਂਧੀ ਨੇ, ਮੰਨੇ ਹੀ ਨਹੀਂ, ਕਹਿੰਦਾ ਮੈਂ ਨਹੀਂ ਬਣਨਾ ਤੁਹਾਡੇ ਸਾਹਮਣੇ। ਸੋ ਐਡੀ ਹਿੰਮਤ ਦਿਖਾਉਣ ਦੀ ਜੇ ਹਿੰਮਤ ਹੁੰਦੀ ਤਾਂ ਹੁਣ ਨੂੰ ਸੁਖਬੀਰ ਸਿੰਘ ਬਾਦਲ ਨੇ ਦਿਖਾਈ ਹੁੰਦੀ। ਸੋ ਪਿਆਰੇ ਦਰਸ਼ਕੋ, ਕਰਦੇ ਰਹਾਂਗੇ ਗੱਲਬਾਤ, ਅੱਜ ਇੰਨਾ ਹੀ, ਮਿਲਦੇ ਇੱਕ ਨਵੀਂ ਵੀਡੀਓ ਨਾਲ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।